ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ, ਹੋਰ ਸਾਰੇ ਠੀਕ ਠਾਕ? ਉਦਣ ਅਸੀਂ ਬਣਾਏ ਸੀਗੇ ਖਾਨੇ ਕਬੂਤਰਾਂ ਜੋੜਿਆਂ ਦੇ ਲਈ, ਅੱਜ ਕਿੱਡੇ ਸੋਹਣੇ ਬਣ ਕੇ ਰੇੜੀ ਨੇ ਜੋੜੇ ਵੀ ਵਿੱਚਾਂ ਛੱਡ ਤੇ ਥੋੜੇ ਜਿਹੇ। ਉਧਰ ਵੀ ਖਾਨੇ ਬਣਾਏ ਹੋਏ, ਇੱਧਰ ਵੀ ਪੂਰੇ ਆ ਦੇਖੋ ਠੰਡੇ ਪਏ ਨੇ, ਗਰਮੀ ਇਹਨੂੰ ਲੱਗਣੀ ਨੀ ਮਿੱਟੀ ਕਰਕੇ। ਸਰਦੀਆਂ 'ਚ ਆਪੇ ਗਰਮ ਹੋ ਜਾਇਆ ਕਰਨੇ ਆ, ਗਰਮੀਆਂ 'ਚ ਆਪੇ ਠੰਡੇ। ਆ ਇੱਧਰ ਵੀ ਜੋੜੇ ਛੱਡੇ ਹੋਏ ਨੇ, ਆ ਕਬੂਤਰੀ ਸੀ ਤੇ ਉਹ ਕਬੂਤਰ ਆ। ਇੱਕ ਜੋੜਾ ਲੱਗਿਆ ਹੋਇਆ, ਇਹਦੇ ਅੰਦਰ ਆ ਕਬੂਤਰੀ ਆ ਤੇ ਉਹ ਕਬੂਤਰ ਆ, ਤੇ ਇੱਧਰ ਵੀ ਜੋੜਾ ਲੱਗਿਆ ਹੋਇਆ, ਆ ਵੀ ਕਬੂਤਰੀ ਆ ਤੇ ਉਹ ਕਬੂਤਰ ਆ। ਆ ਵਿੱਚ ਕਈ ਜੋੜੇ ਛੱਡ ਤੇ, ਚਲੋ ਇਹਨੂੰ ਲੈਣ ਦਿੰਦੇ ਆਨੰਦ। ਆਪਾਂ ਹੁਣ ਚੱਲਦੇ ਹਾਂ, ਜਿਹੜੇ ਕਬੂਤਰ ਆ ਜਿਹੜੇ ਨੇ, ਚਲੋ ਪਹਿਲਾਂ ਦੂਜੇ ਵੀ ਜੋੜੇ ਦਿਖਾ ਦਈਏ ਜਿਹੜੇ ਜਿਹੜੇ ਲਾਏ ਹੋਏ ਨੇ, ਬਾਅਦ 'ਚ ਦਿਖਾਉਂਦੇ ਹਾਂ ਤੁਹਾਨੂੰ ਹਜੇ, ਕਿਉਂਕਿ ਉੱਚੇ ਉੱਡਦੇ ਨੇ। ਇਹਦੇ ਅੰਦਰੋਂ ਦੋ ਜੋੜੇ ਕੱਲ੍ਹ ਉੱਧਰਲੇ ਖੁੱਡੇ 'ਚ ਛੱਡ ਤੇ, ਨਵੇਂ ਵਾਲੇ 'ਚ ਜਿਹੜਾ ਹੁਣ ਤੁਹਾਨੂੰ ਦਿਖਾਇਆ, ਜਿੰਦਰ ਨਵੇਂ ਖਾਨੇ ਬਣਾਏ ਆ। ਇੱਕ ਆ ਜੋੜਾ ਏ, ਥੋੜ੍ਹੇ ਟਾਈਮ ਬਾਅਦ 'ਚੋਂ ਇਹਨੂੰ ਵੀ ਆਪਾਂ ਉੱਧਰ ਹੀ ਛੱਡ ਦੇਣਾ। ਇੱਕ ਆ ਬੜੀ ਸੋਹਣੀ ਜੋੜੀ ਆ, ਆ ਰਿਹਾ ਇਹਨੇ ਇੱਕ ਅੰਡਾ ਦੇ ਤਾ, ਆ ਵੀ ਬੜੀ ਸ਼ਾਨਦਾਰ ਜੋੜੀ ਆ। ਕਬੂਤਰ ਹਜੇ ਉੱਚੀ ਉੜਦੇ ਨੇ, ਨੀਵਾਂ ਕੋਈ ਹੈ ਨੀ ਆ ਰਹੀ। ਆ ਤੌੜੀਆਂ 'ਚੋਂ ਪਾਣੀ ਡੋਲ ਕੇ ਪਾਣੀ ਭਰਨ ਲੱਗੇ ਹੋਏ ਆ ਪਾਪਾ ਸਾਡੇ। ਤੌੜੀਆਂ 'ਚ ਦੇਖੋ ਪਾਣੀ ਭਰਨ ਤੋਂ ਪਹਿਲਾਂ ਤਾਂ ਤੌੜੀਆਂ ਨੂੰ ਸਾਫ਼ ਕਰੀਦਾ ਚੰਗੀ ਤਰ੍ਹਾਂ, ਬਾਹਰੋਂ ਵੀ ਸਾਫ਼ ਕਰਨਾ ਅੰਦਰੋਂ ਵੀ, ਜਿਹੜੀਆਂ ਡਿੱਗੀਆਂ ਲੱਗੀਆਂ ਹੁੰਦੀਆਂ ਨੇ ਉਹਨੂੰ ਕਿਸੇ ਨਾ ਕਿਸੇ ਚੀਜ਼ ਦੇ ਨਾਲ ਸਾਫ਼ ਕਰ ਲਓ, ਨਹੀਂ ਤਾਂ ਬਿਮਾਰੀ ਬਣ ਜਾਂਦੀ ਹੁੰਦੀ ਹੈ ਛੋਟੀ ਛੋਟੀ ਚੀਜ਼ਾਂ ਦੀ। ਅੰਦਰੋਂ ਵੀ ਪਾਣੀ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਅਤੇ ਫਿਰ ਇਹਨੂੰ ਭਰ ਲੈਣਾ। ਆਹ ਦਵਾਈ ਦੀਆਂ ਵਿੱਚ
10 ਬੂੰਦਾਂ ਪਾਉਣੀ ਹੈ ਲੈ 52 ਟੂਣੀਆਂ ਤੇ ਲੈ 52 ਟੂਣੀਆਂ ਹਫਤੇ ਚ ਇੱਕ ਅੱਧੀ ਵਾਰ ਪਾ ਲਓ ਠੀਕ ਰਹਿੰਦਾ ਵੱਡੇ ਕਬੂਤਰਾਂ ਦੇ ਲਈ ਇਹ ਗੱਲ ਯਾਦ ਰੱਖਿਓ ਦਿਖਾ ਤੇ ਵਿੱਚ ਫੀਡ ਆਪਾਂ ਸ਼ਾਮ ਨੂੰ ਕਰਦੇ ਹਾਂ ਇਹਨੂੰ ਉਦੋਂ ਵੀ ਵੀਡੀਓ ਦਿਖਾ ਦਾਂਗੇ ਤੁਹਾਨੂੰ ਜੋੜਿਆਂ ਨੂੰ ਪੱਕੀ ਰੱਖਦੇ ਕਰ ਦਿੰਦਾ ਉਹ ਜੋੜਿਆਂ ਨੂੰ ਤਾਂ ਪੱਕਾ ਰੱਖਣਾ ਪੈਂਦਾ ਕੋਈ ਕਈ ਵਾਰ ਬੱਚੇ ਨਿਕਲੇ ਹੁੰਦੇ ਤੇ ਫਿਰ ਭੁੱਖੇ ਨਹੀਂ ਰਹਿਣ ਦੇਣਾ ਚਾਹੀਦਾ ਉਹਨੂੰ ਭਰ ਪੇਟ ਖਾਣਾ ਹੋਣਾ ਚਾਹੀਦਾ ਹੁਣ ਉਹਦੇ ਢਿੱਡ 'ਚ ਤਾਂ ਇਹਦਾ ਦੇਖੋ ਛੋਟਾ ਜਿਹਾ ਬੱਚਾ ਹੈਗਾ ਆਉਣ ਨਹੀਂ ਦਿੰਦੀ ਲਵੇ ਆ ਦੇਖੋ ਛੋਟਾ ਜਿਹਾ ਨਿਕਲਿਆ ਬਾਕੀਆਂ ਦੇ ਹਜੇ ਅੰਡੇ ਹੀ ਨੇ ਹਜੇ ਕਈਆਂ ਨੇ ਕੱਢੇ ਨਹੀਂ ਹੈਗੇ ਬੱਚੇ ਕਰਾਨੇ ਤੁਹਾਨੂੰ ਕਬੂਤਰ ਦੇ ਕਬੂਤਰੀ ਦਾ ਵੀ ਸ਼ੌਂਕ ਹੈ ਆ ਕਬੂਤਰੀ ਹੈ ਜੀ ਆ ਲਾਵਾਂਗੇ ਕਬੂਤਰੀ ਉਹਦੇ ਨਾਲ ਆਪਣੀ ਇਹ ਵੱਡੇ ਵਾਲੀ ਆਪਣੀ ਸਭ ਤੋਂ ਪਹਿਲਾਂ ਬਰੈਡ ਪਹਿਲਾਂ ਕੂਲਰ ਜਿੱਤਣ ਵਾਲੇ ਲਓ ਜੀ ਇਹ ਕਬੂਤਰੀ ਆਪਣੇ ਕੋਲ ਖਤਮ ਹੋ ਗਈ ਕਬੂਤਰ ਬੈਠੇ ਸੀ ਅਤੇ ਇਹ ਭੂਆ ਦੇ ਮੁੰਡੇ ਕੋਲ ਸੀ ਉਹ ਤੋਂ ਵਾਪਸ ਮੰਗਾਈ ਹੈ ਜੀ ਲਾਵਾਂਗੇ ਇਸ ਵਾਰ ਜੋੜਾ ਕਿਉਂਕਿ ਜਿਹੜੀ ਇਸ ਵਾਰ ਗਰਮੀ ਪਈ ਆ ਆਹ ਕਬੂਤਰ ਕੰਮ ਕਰਦੇ ਨੇ ਉਹ ਗਰਮੀ ਨੂੰ ਇਹ ਘੜਦੇ ਹੀ ਚਿੱਪ ਗਰਮੀ ਦੀ ਬਾਜੀ ਤਿੰਨ ਚ ਮੰਡੀ ਗਈ ਸੀ ਦੋ ਉੱਤਰ ਉਹ ਵੀ ਜਾ ਕੇ ਆਉਂਦੇ ਸੀ ਇਕੱਲਾ ਉੱਪਰ ਰੱਬ ਚ ਖੜ ਗਿਆ ਸੀ ਮੁੜ ਕੇ ਫਰਜੁੱਲਾ ਪੁਰ ਉੱਤਰ ਗਈ ਬਾਜੀ ਮੰਡ ਲਈ ਸੀ ਆਪਾਂ ਤੋਂ ਕੁਛ ਟਾਈਮ ਬਾਅਦ ਫਰਜੁੱਲਾ ਪੁਰ ਚੱਲ ਗਏ ਬਾਜੀ ਇੱਥੇ ਨਿਬੜ ਗਈ ਜਾ ਕੇ ਉੱਥੇ ਲਾ ਕੇ ਲਿਆਈ ਸੀ ਗਈ ਫਰਜੁੱਲਾ ਪੁਰ ਬਾਜੀ ਮੁੱਕੀ ਤੋਂ ਬਾਅਦ ਬੈਠਿਆ ਕਿਤੇ ਬਹੁਤ ਚੰਗਾ ਉੱਡਿਆ ਹੋਈ ਘਰੇ ਹੀ ਹਨੇਰੇ ਹੀ ਪਾਉਂਦਾ ਰਿਹਾ ਅਤੇ ਆਹ ਜਿਹੜੀ ਲਾਈ ਆ ਕੂਹਰੇ ਇਹਦਾ ਆਪਣੇ ਪਹਿਲੇ ਦਿਨ ਤੋਂ ਹੀ ਲੋਕ ਨੂੰ ਚੰਗੇ ਨੇ ਅਤੇ ਠੰਡੇ ਦਿਨ ਨੂੰ ਨਹੀਂ ਉੱਡਦੇ ਜੀ ਭੱਜ ਜਾਂਦੇ ਠੰਡੇ ਦਿਨ ਉੱਡਦੇ ਤਾਂ ਹੈ ਮਤਲਬ ਭੱਜ ਜਾਂਦੇ ਨੇ ਬਾਜੀ ਤੇ ਨਹੀਂ ਰੋਕਦੇ ਜਿੰਨੀ ਗਰਮੀ ਪੈਂਦੀ ਹੈ ਫਿਰ ਖੜਦੇ ਨੇ ਲੱਗਦਾ ਜੀ ਜੋੜਾ ਚ ਆਪਾਂ ਨੂੰ ਛੋਟੇ ਛੋਟੇ ਬੱਚੇ ਨੇ ਪਹਿਲਾਂ ਤਾਂ ਬਿਲਕੁਲ ਵੀ ਉਡਾਰੀ ਨਹੀਂ ਸੀ ਵੱਜਦੀ ਮਿੱਟੀ 'ਚ ਰਹਿ ਕੇ ਕਬੂਤਰ ਵਧੀਆ ਇੰਜੋਏ ਕਰਦੇ ਨੇ ਤਰ ਕੇ ਐਵੇਂ ਆਪਣੇ ਜਾਲ 'ਚ ਥੋੜ੍ਹੀ ਜਿਹੀ ਮਿੱਟੀ ਪਾ ਦਿਆ ਕਰੋ ਮਿੱਟੀ ਬਣਾ ਕੇ ਰੱਖੀ ਜੇ ਸੌਂਕ ਜਵਾਨ ਅਤੇ ਕਾਲਾ ਨੂੰ ਵਿੱਚ ਪਾ ਕੇ ਜੀ ਨਾਲ ਥੋੜ੍ਹਾ ਜਿਹਾ ਜੀਰਾ ਪਾ ਕੇ ਰਲਾ ਕੇ ਰੱਖ ਦਈਏ ਖਾਈਆ ਕਰਨ ਨਾਲ ਤਾਂ ਇਹਨਾਂ ਦਾ ਪੇਟ ਸਹੀ ਰਹੂਗਾ ਅਤੇ ਨਾਲੇ ਇਹਨਾਂ ਨੂੰ ਜੋ ਮਿੱਟੀ 'ਚ ਤੱਤ ਲੈਣੇ ਹੁੰਦੇ ਨੇ ਇਹਨਾਂ ਨੇ ਉਹ ਲੈ ਲੈਣਗੇ ਆਪਣੇ ਠੀਕ ਹੈ ਜੀ
ਅੰਦਰੋਂ ਵੀ ਪੂਰੇ ਫਿੱਟ ਰਹਿਣਗੇ। ਰੋਟੀ ਹੁੰਦੀ ਜਿਵੇਂ ਪਏ ਨੂੰ ਖੜੇ ਭੱਜ। ਲਓ ਜੀ ਜਿਹੜੇ ਪਮਣ ਆਏ ਸੀ ਕਬੂਤਰਾਂ ਲਈ ਮਗਾ ਖਾਨੇ, ਅਤੇ ਉਹ ਲੱਗ ਗਏ ਸਾਂਭਣ ਆਪੋ ਆਪਦੇ ਖਾਨੇ ਜ਼ਿਆਦਾ ਨੇ ਅਤੇ ਜੋੜੇ ਘੱਟ ਛੱਡੇ ਨੇ ਹਾਲੇ, ਆਪਾਂ ਹੌਲੀ ਹੌਲੀ ਛੱਡਾਂਗੇ ਫਿਰ ਲਾ ਜਾਣਗੇ ਆਪੇ ਆਪੋ ਆਪਣਾ ਪੰਨਾ ਮਿਲਣਾ ਕਿਤੇ ਸਾਂਭਣਗੀਆਂ ਜੀ। ਲੱਗ ਗਏ ਵੈਸੇ ਤਾਂ ਖਾਨਿਆਂ ਦੇ ਵਿੱਚ ਵੜ ਕੇ ਬੈਠਣ, ਲਾ ਜਾਣੇ ਨੇ ਸਾਂਭਣੀ ਇਹ ਆਪਣੇ ਪੈੜਾਂ ਵਾਲੇ ਕਾਕੇ ਵਾਲੀ ਜੋੜੀ ਜੀ ਅਤੇ ਮੀਰਾ ਵਾਲੇ ਉੱਪਰ ਬੈਠ ਕੇ ਨਹੀਂ ਆਈ। ਆਹ ਵਰਦੀ ਹੈ ਚਿੱਟੇ ਸਾਹਿਬ ਦੇ ਮੀਰਾ ਵਾਲੇ ਨੇ ਦੋਏ ਚਿੱਟੇ ਸਾਹਿਬ ਦੇ, ਠੀਕ ਹੈ ਜੀ। ਆਹ ਰਸਤੇ ਆਪਣੇ ਤੁਹਾਨੂੰ ਦਿਖਾਇਆ ਸੀ ਬਾਈ, ਜਿਹੜੇ ਦਿਖਾਏ ਦੇ ਉੱਪਰ ਜੋੜੇ ਲਾਉਂਦੇ ਆ ਉਹ ਪਰ ਰੇਡੀਏਟਰ ਵਾਲਾ ਬੈਠਾ ਜੋੜਾ, ਰੇਡੀਏਟਰ ਵਾਲਾ ਜੋੜਾ ਜੀ ਆਪਣਾ ਸਾਰੇ ਜੋੜੇ ਆਪਾਂ ਵਿੱਚੇ ਮੇਨ ਲਾਤੇ ਐਤ ਕਿ ਥੋੜ੍ਹੇ ਗਰਮ ਜੋੜੇ ਲਾਵਾਂਗੇ ਜੀ ਨਾਲ, ਹੋਰ ਗਰਮ ਜੋੜੇ ਵੀ ਲਾਵਾਂਗੇ ਇਸ ਵਾਰ। ਅਤੇ ਆਹ ਜਿਹੜਾ ਹੋਰ ਗਰਮ ਵੀ ਜੋੜਾ ਲਾਇਆ ਹੋਇਆ ਸੀ ਆਪਾਂ ਨੇ, ਅਤੇ ਆਂਡਾ ਬਹੁਤ ਛੋਟਾ ਸੀ ਲੱਗਦਾ ਨਹੀਂ ਸੀ ਬੱਚਾ ਪਾ ਲੈਣਗੇ, ਪਰ ਕੱਢ ਲਿਆ ਅਤੇ ਬੱਚਾ ਪਾਲਣਾ ਸ਼ੁਰੂ ਕਰਤਾ। ਹੁਣ ਤਾਂ ਹੋ ਗਿਆ ਲਓ ਜੀ 2 ਕੁ ਦਿਨ ਦਾ ਬੱਚਾ ਹੋ ਗਿਆ, 2 ਦਿਨ ਦਾ ਹੁਣ ਕੋਈ ਟੈਨਸ਼ਨ ਨਹੀਂ, ਹੁਣ ਤਾਂ ਪਲ ਜੂਗਾ। ਇੱਕ ਤਾਂ ਇਹ ਕਬੂਤਰੀ ਪੈਲੜ ਸੀ, ਉਹਨੂੰ ਇਹ ਸੀ ਕਿਤੇ ਮਾਰਿਆ ਨਾ ਦੇਵੇ, ਪਰ ਬਹੁਤ ਸੋਹਣਾ ਪਾਲਿਆ ਕਬੂਤਰੀ ਨੇ ਬੱਚਾ, ਨੇ ਬਹੁਤ ਜ਼ਿਆਦਾ ਸੋਹਣਾ ਪਾਲਤਾ। ਦੂਜਾ ਆਪਣਾ ਡੱਬੀ ਵਾਲਾ ਜੋੜਾ ਜੀ, ਡੱਬਿਆਂ ਦਾ ਜੋੜਾ, ਆਂਡੇ ਦੇਖੀ ਪੱਕਣਗੇ ਕਿ ਨਹੀਂ ਇਹਨਾਂ ਦੇ ਆਂਡਿਆਂ ਦਾ, ਆਪਾਂ ਨੂੰ ਐਂ ਕਬੂਤਰ ਆਪਾਂ ਨੇ ਗੁੜਕਦਾ ਨਹੀਂ ਦੇਖਿਆ, ਲਾਉਂਦਾ ਨਹੀਂ ਦੇਖਿਆ, ਪਰ ਰੰਗ ਫੜ ਗਿਆ ਕਬੂਤਰ, ਡਰਦਾ ਹੀ ਹੈ ਜੀ ਪੱਕ ਜਾਣਗੇ ਆਂਡੇ, ਰੰਗ ਫੜ ਗਿਆ ਨੇ, ਬਹੁਤ ਵਧੀਆ ਗੱਲ ਆ। ਵਿਆਹ ਤਾਂ ਆਪਣਾ ਪੁਰਾਣਾ ਹੀ ਹੈ ਜੀ ਜੋੜਾ, ਪੁਰਾਣਾ ਜੋੜਾ, ਠੀਕ ਹੈ ਡੱਬੇ ਆ ਵੀ ਸਾਰੇ ਆਪਣੇ ਪੁਰਾਣੇ ਜੋੜੇ ਲਾਏ ਇਹਨਾਂ ਦੇ ਵਿੱਚ, ਹਲੇ ਆਪਾਂ ਇੱਕ ਜੋੜਾ ਛੱਡਿਆ ਨਵਾਂ ਸਿਰਫ, ਇਹ ਨਹੀਂ 2 ਜੋੜੇ, ਇੱਕ ਜੋੜਾ ਨਵਾਂ ਛੱਡਤਾ ਇੱਕ ਮਿੰਟੂ ਵੀਰ ਆਪਣਾ ਮੁਕਤਸਰ ਸਾਹਿਬ, ਉਹਨਾਂ ਕੋਲੋਂ ਆਇਆ ਕਬੂਤਰ ਲਾਤਾ ਜੀ ਆਪਣੇ ਘਰ ਵੀ ਆ ਜੋੜਾ ਲਾਤਾ ਜੀ, ਬਾਕੀ ਜੋੜੇ ਪੁਰਾਣੇ ਆ, ਠੀਕ ਹੈ ਜੀ। ਹੁਣ ਇੱਕ ਜੋੜਾ ਡੋਲੀ ਦੇ ਵਿੱਚ, 2 ਜੋੜੇ ਡੋਲੀ 'ਚ ਨਵੇਂ ਛੱਡਤੇ ਉੱਧਰ, ਅਤੇ ਲਾਵਾਂਗੇ ਹਲੇ ਬਾਕੀ ਪੁਰਾਣੇ ਜੋੜੇ ਵੀ ਰਹਿੰਦੇ ਨੇ ਲਾਉਣ ਤੋਂ, ਉਹ ਵੀ ਮਿਲਾਉਂਦੇ ਹਾਂ ਹੌਲੀ ਹੌਲੀ, ਮਿਲਾ ਮਿਲਾ ਕੇ ਜੋੜੇ ਛੱਡੀ ਜਾਵਾਂ, ਜਿਹੜੀਆਂ ਮੈਂ ਇੱਧਰ ਖਾਨੇ ਸਾਂਭੀ ਜਾਣਗੇ ਇੱਧਰ ਛੱਡੀ ਜਾਵਾਂਗੇ ਡੋਲੀਆਂ ਦੇ। ਚਲੋ ਠੀਕ ਹੈ ਜੀ ਮੇਰੇ ਵੀਰ, ਲਵ ਯੂ ਆ ਜੀ ਸਾਰੇ ਭਰਾਵਾਂ ਨੂੰ ਜਿਹੜੇ ਆਪਣੇ ਚੈਨਲ ਨੂੰ ਪਿਆਰ ਕਰਦੇ ਨੇ ਅਤੇ ਆਪਣੀਆਂ ਵੀਡੀਓ ਨੂੰ ਦੇਖਦੇ ਨੇ ਕਮੈਂਟ ਕਰਦੇ ਨੇ, ਅਤੇ ਆਹ ਕੱਢੇ ਹੋਏ ਨੇ ਜੁੜਨ ਲਈ, ਛੱਡੇ ਹੋਏ ਨੇ ਅੱਜ, ਦੇਖਦੇ ਹਾਂ ਅੱਜ ਘੇਰੇ ਨੇ ਕਬੂਤਰੀ ਦੇ, ਕਬੂਤਰੀ ਦੇ ਘੇਰੇ ਨੇ, ਬਾਕੀ ਦੇਖਦੇ ਹਾਂ ਹੁਣ ਮਾਲਕ ਕੀ ਕਰਦਾ ਜੀ, ਅੱਜ ਘੇਰੇ ਪਵਾ ਕੇ ਲਾਵਾਂਗੇ ਕਬੂਤਰੀ ਨੂੰ।